ਅਸੀਂ ਆਨੇ ਅਗਲੇ ਕਾਲਰ ਨਾਲ। ਹੈਲੋ 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 ਹਾਂਜੀ ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਬੋਲੋ ਜੀ। ਹੈਲੋ ਸਤਿ ਸ੍ਰੀ ਅਕਾਲ ਭਾਜੀ, ਮੈਂ ਲਾਡੀ ਬੋਲਦਾ ਇਸ ਟਾਈਮ ਤੋਂ। ਹਾਂਜੀ ਲਾਡੀ ਜੀ, ਹਾਂਜੀ 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 ਭਾਈ ਗੱਲ ਕਰ ਰਹੇ ਤੁਸੀਂ? ਭਾਈ ਮੈਂ ਇਸ ਟਾਈਮ ਤੋਂ ਲਾਡੀ ਬੋਲਦਾ, ਮੈਂ ਤੁਹਾਡੇ ਨਾਲ ਗੱਲ ਕਰਨੀ ਸੀਗੀ। ਹਾਂਜੀ ਕਰੋ ਜੀ। ਮੈਂ ਹਨਾ ਭਾਜੀ ਵਿਆਹ ਕਰਨ ਗਿਆ ਸੀ ਇੰਡੀਆ। ਹਾਂ ਠੀਕ। ਤੇ ਉੱਥੋਂ ਅਸੀਂ ਜਿੱਦਾਂ ਕੁੜੀ ਦਾ ਵੀਜ਼ਾ ਵੂਜ਼ਾ ਲੱਗ ਗਿਆ ਤੇ ਉਹ ਇੱਥੇ ਲੈਣ ਦਾ ਸੀ ਹਨਾ। ਤੇ ਉਹ ਭਾਜੀ ਚਾਰ ਪੰਜ ਦਿਨ ਹੀ ਰਹੀ ਇੱਥੇ, ਤੇ ਉਹਦੀ ਪਹਿਲਾਂ ਕਿਤੇ ਇੱਥੇ ਮੁੰਡੇ ਨਾਲ ਸੈਟਿੰਗ ਸੀਗੀ, ਤੇ ਉਹ ਪੰਜ ਦਿਨ ਰਹਿ। ਹਾਂਜੀ ਨਹੀਂ ਪਤਾ ਨੀ, ਫੌਜੀ ਸੀ ਭਾਈ, ਸਾਨੂੰ ਤਾਂ ਪਤਾ ਵੀ ਨੀ। ਚਲੋ ਫੌਜੀ ਫੌਜੀ ਦਾ ਵੈਰੀ ਬਣਿਆ ਪਿਆ ਇੱਥੇ। ਤੇ ਇੱਥੇ ਭਾਜੀ ਮੈਂ ਇਮੀਗ੍ਰੇਸ਼ਨ ਨੂੰ ਵੀ ਲੈਟਰ ਪਾਇਆ, ਪੁਲਿਸ ਨੂੰ ਵੀ ਦੱਸਿਆ, ਪੁਲਿਸ ਨੇ ਫਾਈਂਡ ਆਊਟ ਕਰ ਲਿਆ ਕਿੱਥੇ ਰਹਿੰਦੀ ਆ। ਸਾਨੂੰ ਪਤਾ ਨੀ ਹੁਣ ਕਿੱਥੇ ਰਹਿੰਦੀ ਆ ਭਾਜੀ, ਸਾਨੂੰ ਤਾਂ ਦੁਖੀ ਕਰ ਗਈ ਉਹ, ਹੁਣ ਕੀ ਕਰੀਏ। ਬੈਸਟ ਇਹੀ ਆ ਤੁਸੀਂ ਇਮੀਗ੍ਰੇਸ਼ਨ ਕਨੇਡੀਅਨ ਵਾਲਿਆਂ ਨੂੰ ਦੱਸੋ। ਭਾਜੀ ਮੈਂ ਇਮੀਗ੍ਰੇਸ਼ਨ ਦੇ ਆਪ ਵੀ ਜਾ ਕੇ ਆਇਆ ਵਾਂ, ਤੇ ਉਹਨੂੰ ਚਿੱਠੀਆਂ ਵੀ ਪਾਈਆਂ, 5-6 ਚਿੱਠੀਆਂ ਪਾਈਆਂ, ਮੈਂ ਤਾਂ ਮਰਨ ਨੂੰ ਫਿਰਦਾ ਭਾਜੀ, ਕੀ ਕਰਾਂ ਦੱਸੋ। ਉਹਨਾਂ ਨੇ ਆਪੇ ਹੀ ਕੱਢ ਦੇਣੀ ਆ। ਕੀ ਕਰੂਗੇ ਭਾਜੀ, ਨਾ ਕੋਈ ਸਾਨੂੰ ਦੱਸਦੇ ਆ ਕਿੱਦਾਂ ਕਰਨੀ ਚਾਹੀਦੀ ਆ, ਕੀ ਕਰੀਏ। ਤੁਹਾਨੂੰ ਕੁਛ ਨਹੀਂ ਦੱਸਣਾ ਉਹਨਾਂ ਨੇ। ਹਾਂਜੀ ਹਾਂ, ਉਹਨਾਂ ਉਹਦੇ ਵਿੱਚ ਜੇ ਤੁਸੀਂ ਸੋਚਦੇ ਹੋ ਨਾ ਕਿ ਐਸੀ ਉਹਨੂੰ ਫੜ ਕੇ ਪਲੇਨ ਤੇ ਬਹਾ ਲਾਂਗੇ, ਹਾਂਜੀ ਉਹ ਆਪਣੇ ਦਿਮਾਗ ਚੋਂ ਕੱਢ ਲਾ। ਹਾਂਜੀ ਤੂੰ ਪਾਗਲ ਹੋ ਜਾਣਾ। ਹੁਣ ਇਹ ਤਾਂ ਉਹ ਇਮੀਗ੍ਰੇਸ਼ਨ ਦੇ ਵਿੱਚ ਲੜਾਈ ਆ। ਅੱਛਾ ਜੀ। ਹਾਂ ਉਹਦੀ ਤਾਂ ਇਮੀਗ੍ਰੇਸ਼ਨ ਦੀ, ਤੇ ਪੁਲਿਸ ਨੇ ਫਾਈਂਡ ਆਊਟ ਕਰ ਲਿਆ ਸੀ ਨਾ ਕਿੱਥੇ ਰਹਿੰਦੀ ਆ। ਉਹ ਆਪੇ ਇਮੀਗ੍ਰੇਸ਼ਨ ਵਾਲੇ ਨੇ ਕਰ ਲੈਣਾ, ਤੇ ਉਹਨਾਂ ਨੇ ਗਾਹਾਂ ਦਾ ਵੀਜ਼ਾ ਕੈਨਸਲ ਕਰ ਦੇਣਾ। ਹਾਂਜੀ ਤੇ ਇਹ ਲੱਤ ਪੈਰ ਮਾਰੂਗੀ ਇੱਥੇ ਰਹਿਣ ਦੀ, ਪਰ ਇਹਨੂੰ ਰਹਿਣ ਦੀ ਪਰਮਿਸ਼ਨ ਨਹੀਂ ਦੇਣੀ ਉਹਨਾਂ ਨੇ। ਨਹੀਂ ਮਿਲੂਗਾ, ਮਤਲਬ ਕੁਝ ਕਰ ਨਹੀਂ ਸਕਦੀ ਹੈ ਨਾ ਮੇਰੇ ਤੋਂ ਬਗੈਰ। ਨਹੀਂ ਤੇ ਇਸ ਤੋਂ ਬਗੈਰ ਨਹੀਂ ਕਰ ਸਕਦੇ। ਅੱਛਾ ਤੇ ਭਾਈ ਜਿੱਦਾਂ ਹੁਣ ਮੈਨੂੰ ਡਿਵੋਰਸ ਦੀ ਕਿੱਦਾਂ ਮਿਲੂਗੇ ਪੇਪਰ ਉੱਪਰ, ਜੇ ਉਹਨਾਂ ਕਿੱਦਾਂ ਕੰਟੈਕਟ ਕਰੂਗੇ, ਕੀ ਕਰਾਂ ਮੈਂ ਹੁਣ? ਤੈਨੂੰ ਆਪਣੇ ਸਾਲ ਹੋ ਗਿਆ ਵਿਆਹ ਨੂੰ ਤੇਰੇ ਨੂੰ? ਹਲੇ ਸਾਲ ਨਹੀਂ ਹੋਇਆ ਭਾਈ, ਜਿੱਦਾਂ 2-3 ਮਹੀਨੇ ਹੋਏ ਹਲੇ। ਨਹੀਂ ਵਿਆਹ ਹੋਏ ਨੂੰ? ਹਾਂਜੀ। ਵਿਆਹ ਕਦੋਂ ਹੋਇਆ ਤੇਰਾ? ਵਿਆਹ ਹੋਇਆ ਸੀਗਾ 3 ਮਹੀਨੇ ਪਹਿਲਾਂ, ਇੰਡੀਆ ਕਰਕੇ ਆਇਆ ਸੀਗਾ ਜੀ ਮੈਂ। ਤੈਨੂੰ ਹਲੇ ਸਾਲ ਠਹਿਰਨਾ ਪੈਣਾ, ਜਦ ਤੱਕ ਸਾਲ ਨਹੀਂ ਹੁੰਦਾ ਵਿਆਹ ਨੂੰ, ਫਿਰ ਡਿਵੋਰਸ ਸਾਲ ਠਹਿਰਨਾ ਪਊਗਾ ਜੀ। ਹਾਂਜੀ ਤਾਂ ਡਿਵੋਰਸ ਹੁੰਦਾ ਜੀ। ਅੱਛਾ ਜੀ। ਹਾਂ ਅਗਲੀ ਨੇ ਪਹਿਲਾਂ ਕੋਈ ਮੀਕਾ ਟੋਲ ਕੇ ਰੱਖਿਆ ਸੀ, ਤੇਰੀ ਤਾਂ ਲਾਡੋ ਕਰ ਗਈ ਕੰਮ। ਲਾਡੀ ਦੀ ਲਾਡੋ ਭੱਜ ਗਈ ਫੌਜੀ ਨਾਲ, ਗਾਣਾ ਬਣਾ ਲਈਏ, ਲਾਡੀ ਦੀ ਲਾਡੋ ਭੱਜ ਗਈ ਫੌਜੀ ਨਾਲ। ਭਰਾਵਾ ਤੁਸੀਂ ਵਿਆਹ ਕਰਨ ਵੇਲੇ ਸੋਚਿਆ ਕਰੋ ਕਿ ਤੁਸੀਂ ਆਪ ਉਮਰ ਤੁਹਾਡੀ ਕਿੰਨੀ ਆ, ਕਿੰਨੇ ਤੁਸੀਂ ਕੰਮ ਕਰਦੇ ਪੁੱਠੇ, 35 ਸਾਲਾਂ ਦੇ ਆਪ ਹੁੰਦੇ ਆ, ਵਿਆਹ ਕਰਨਾ 21 ਸਾਲਾਂ ਦੀ ਨਾਲ, ਲੱਭਣੀ ਜਿਹੜੀ ਸਭ ਤੋਂ ਸੋਹਣੀ ਸੁਨੱਖੀ ਹੋਵੇ ਪਿੰਡ ਦੀ, ਪਹਿਲਾਂ ਤਾਂ ਅਗਲਿਆਂ ਨੇ ਛੱਡਣੀ ਆ ਤੁਹਾਡੇ ਲਈ, ਕਿ ਤੇਰੇ ਲਈ ਛੱਡੀ ਉਹਨਾਂ ਨੇ। ਗੱਲ ਤਾਂ ਇਹ ਆਪਣੇ ਹਿਸਾਬ ਨਾਲ ਤੁਸੀਂ ਵਿਆਹ ਕਰਿਆ ਕਰੋ, ਦੇਖ ਕੇ ਆਪ 8ਵੀਂ ਹੁਣ ਕੁੜੀ ਲੈਣੀ ਅਸੀਂ MA, ਅਗਲੀ ਨੇ ਕਿੱਥੋਂ ਟਿਕਣਾ, ਅਗਲੀ ਆਈ ਹੋਣੀ ਆ ਤਾਂ ਪਹਿਲਾਂ ਹੀ ਕੋਈ ਫੌਜੀ ਫੌਜੀ ਸੈੱਟ ਕੀਤਾ, ਅਗਲੇ ਤਾਂ ਵਿਚੋਲਾ ਹੀ ਕੋਈ ਫੌਜੀ ਹੋਣਾ, ਕਹਿੰਦਾ ਹੁਣ ਯਾਰ ਕੁੜੀ ਬਹੁਤ ਵਧੀਆ ਉੱਥੇ ਜਾ ਕੇ ਵਿਆਹ ਕੇ ਲਿਆ, ਆਪਣਾ ਕੰਮ ਸੂਤ ਕਰਾ ਗਿਆ, ਹੁਣ ਧਾਮੇ ਤਬਲੇ ਖੜਕਾਈ ਜਾਓਗੇ, ਤਾਂ ਤੂੰ ਇੱਥੇ ਫਿਰੀ ਆਈ, ਤੇਰੀ ਲਾਈਫ ਤਾਂ ਹੋ ਗਈ ਨਾ ਉਹੀ ਐਫ ਵਾਲਾ ਵਰਡ, ਅਤੇ ਹੋ ਗਿਆ ਤੇਰਾ ਕੰਮ ਉਹਦੇ ਨਾਲ। ਚਲੋ ਤੇਰਾ ਵੀ ਚਾਅ ਲੈ ਗਿਆ, ਹੁਣ ਗਾਂ ਸਿਆਣੀ ਜੀ ਲੱਭ ਕੇ ਲੈ ਕੇ ਆਊਂ ਤੇਰੇ ਹਾਣ ਦੀ, ਬਾਅਦ ਚ ਗਾਈ ਸੀਟੀ ਮਾਰ ਕੇ ਬੁਲਾਉਣਾ ਹਟ ਜਾ।